ਗੱਲਬਾਤ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਸਰਬਜੀਤ ਕੌਰ ਮਾਨੂਕੇ ਨੇ ਜੋ ਕਿ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ। ਜੀ ਸਰਬਜੀਤ ਕੌਰ ਜੀ ਸਵਾਗਤ ਹੈ ਤੁਹਾਡਾ ਨਿਊਜ਼18 ਪੰਜਾਬ ਤੇ। ਕੀ ਕਹਿਣਾ ਚਾਹੋਗੇ ਜਗਤਾਰ ਜੱਗਾ ਦੇ ਵੱਲੋਂ ਕਾਂਗਰਸ ਜੁਆਇਨ ਕਰ ਲਈ ਗਈ ਹੈ? ਦੇਖੋ ਜੀ, ਇਹ ਤਾਂ ਸਾਨੂੰ ਬੜੀ ਦੇਰ ਪਹਿਲਾਂ ਹੀ ਪਤਾ ਸੀ, ਪਹਿਲਾਂ ਪੀਡੀਏ ਚ ਸੀ ਜੱਗਾ ਸਾਹਿਬ ਤੇ ਹੁਣ ਇੱਧਰ ਚਲੇ ਗਏ, ਕੋਈ ਖਾਸ ਵੱਡੀ ਹੈਰਾਨੀ ਵਾਲੀ ਗੱਲ ਨਹੀਂ। ਪਰ ਜਿਹੜਾ MLA ਬਣਦਾ ਜਿਸ ਜਗ੍ਹਾ ਤੋਂ ਬਣਦਾ ਉਹ ਲੋਕਾਂ ਪ੍ਰਤੀ ਜਵਾਬਦੇਹ ਹੁੰਦਾ। ਹੁਣ ਤੇ ਲੋਕ ਹੀ ਦੱਸਣਗੇ ਬਈ ਚਾਰ ਪੰਜ ਸਾਲਾਂ ਚ ਆਪਾਂ ਪਾਰਟੀਆਂ ਬਦਲੀਆਂ ਕਿ ਆਪਾਂ ਲੋਕਾਂ ਲਈ ਕੰਮ ਕੀਤਾ। ਨਹੀਂ, ਤੁਹਾਨੂੰ ਕੀ ਲੱਗਦਾ ਕਿ ਕੋਈ ਵੱਡਾ ਫਰਕ ਨਹੀਂ ਪਏਗਾ ਪਾਰਟੀ ਨੂੰ, ਕਿਉਂਕਿ ਜਦੋਂ ਸਾਰੇ ਕਈ ਵਿਧਾਇਕ ਵੀ ਉਹਨਾਂ ਦੇ ਘਰ ਗਏ ਸੀ ਉਦੋਂ ਕਿਉਂ ਨਾਕਾਮਯਾਬ ਹੋ ਗਏ ਉਹਨਾਂ ਨੂੰ ਸਮਝਾਉਣ ਦੇ ਵਿੱਚ? ਲੱਗਦਾ ਹੈ ਸਰਬਜੀਤ ਕੌਰ ਜੀ ਕਿ ਕੋਈ ਕਮੀਆਂ ਨੇ ਪਾਰਟੀ ਦੇ ਵਿੱਚ, ਤਾਂਹੀਓ ਕਰਕੇ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ, ਕਿਉਂਕਿ ਇਕਲੌਤੇ ਨਹੀਂ ਹੈਗੇ ਆਮ ਆਦਮੀ ਪਾਰਟੀ 'ਚ ਕੋਈ ਕਮੀ ਹੈ? ਠੀਕ ਹੈ, ਜਿਹੜੇ ਇਹ ਆਪਾਂ ਗੱਲ ਕਰ ਰਹੇ ਹਾਂ ਜਾਣ ਦੀ, ਜਦੋਂ ਖਹਿਰਾ ਸਾਹਿਬ ਨੇ ਇੱਕ ਨਵੀਂ ਪਾਰਟੀ ਬਣਾਈ ਸੀ ਸਭ ਤੋਂ ਪਹਿਲਾਂ ਇਹ ਗਏ ਉਹਨਾਂ ਨਾਲ, ਉਸ ਤੋਂ ਬਾਅਦ ਪਾਰਟੀ ਦਾ ਮਾਣ ਸੀ, ਪਾਰਟੀ ਨੇ ਇਹਨਾਂ ਨੂੰ ਫਿਰ ਤੋਂ ਉਹ ਸਤਿਕਾਰ ਦਿੱਤਾ। ਜੇ ਇਹਨਾਂ ਨੇ ਫਿਰ ਉਹਨਾਂ ਉੱਥੇ ਕਾਂਗਰਸ ਦੇ ਵਿੱਚ ਚੱਲਦੇ ਸੈਸ਼ਨ ਦੇ ਵਿੱਚ ਜਦੋਂ ਐਂਟੀ ਡਿਫੈਕਸ਼ਨ ਲਾ ਲੈ ਕੇ ਆ ਰਹੀ ਹੈ ਕਾਂਗਰਸ ਸਰਕਾਰ, ਉਹ ਆਪ ਹੀ ਆਪਣੇ ਨਿਯਮ ਦੀ ਧੱਜੀਆਂ ਉਡਾ ਰਹੀ ਆ। ਸਾਡੇ ਚੱਲਦੇ ਸੈਸ਼ਨ ਦੇ ਵਿੱਚ ਉਹਨਾਂ ਨੂੰ ਬੁਲਾਇਆ, ਅਕਾਲੀਆਂ ਨੇ ਜਿਸ ਤਰ੍ਹਾਂ ਇੱਕ ਵਾਰੀ ਕਾਂਗਰਸ ਦੇ 3 MLA ਬੁਲਾ ਲਏ ਸੀ, ਸੇਮ ਹੀ ਹੋ ਰਿਹਾ। ਇਹ ਹੁਣ 22 ਦੇ ਸਮੇਂ 22 ਦੀ ਸਰਕਾਰ ਦੇ ਵਿੱਚ 22 ਦੀਆਂ ਚੋਣਾਂ ਦੇ ਵਿੱਚ ਲੋਕ ਦੱਸਣਗੇ ਬਈ ਦਲ ਬਦਲਵਾਉਣ ਲਈ ਕੋਈ ਜਗ੍ਹਾ ਹੈ ਕਿ ਨਹੀਂ। ਠੀਕ।